ਅੰਤਰ ਆ, ਭਾਵੇਂ ਕੋਈ ਪਲੇਅਰ ਆ ਜਾਂ ਕੋਈ ਰਿਟਾਇਰਡ ਪੁਲਿਸ ਅਫਸਰ ਆ ਜਾਂ ਕੋਈ ਵੀ ਅਫਸਰ ਆ, ਜੇ ਰਿਟਾਇਰ ਹੋ ਕੇ ਉਹ ਚੋਣ ਲੜਨਾ ਚਾਹੁੰਦਾ ਤਾਂ ਉਹ ਲੜ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਵੀ ਵੇਖੋ ਇਸੇ ਦੇਸ਼ ਦੇ ਨਾਗਰਿਕ ਨੇ, ਜੇ ਉਹਨਾਂ ਨੂੰ ਚੋਣ ਕਮਿਸ਼ਨ ਇੰਡੀਆ ਇਜਾਜ਼ਤ ਦਿੰਦਾ ਉਹ ਚੋਣ ਲੜ ਸਕਦੇ ਆ। ਆਪਾਂ ਕਿ ਇਹਦੇ ਬਾਰੇ ਥੋੜਾ ਕੁਝ ਕਰ ਸਕਦੇ ਹਾਂ? ਦੇਖੋ ਇਹ ਤੁਸੀਂ ਸਵਾਲ ਮਜੀਠੀਆ ਸਾਹਿਬ ਨੂੰ ਕਰੋ, ਜਿਨ੍ਹਾਂ ਕੋਲ ਜਾਣਕਾਰੀ ਜਿੱਥੋਂ ਆਈ ਆ ਉਹ ਦੱਸਣ ਤੁਹਾਨੂੰ ਵੀ ਮੇਰੇ ਕੋਲ ਕਿੱਥੋਂ ਜਾਣਕਾਰੀ ਆਈ। ਅੰਤਰ ਆ, ਭਾਵੇਂ ਕੋਈ ਪਲੇਅਰ ਆ ਜਾਂ ਕੋਈ ਰਿਟਾਇਰਡ ਪੁਲਿਸ ਅਫਸਰ ਆ ਜਾਂ ਕੋਈ ਵੀ ਅਫਸਰ ਆ, ਜੇ ਰਿਟਾਇਰ ਹੋ ਕੇ ਉਹ ਚੋਣ ਲੜਨਾ ਚਾਹੁੰਦਾ ਤਾਂ ਉਹ ਲੜ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਵੀ ਵੇਖੋ ਇਸੇ ਦੇਸ਼ ਦੇ ਨਾਗਰਿਕ ਨੇ, ਜੇ ਉਹਨਾਂ ਨੂੰ ਚੋਣ ਕਮਿਸ਼ਨ ਇੰਡੀਆ ਇਜਾਜ਼ਤ ਦਿੰਦਾ ਉਹ ਚੋਣ ਲੜ ਸਕਦੇ ਆ। ਆਪਾਂ ਕਿ ਇਹਦੇ ਬਾਰੇ ਥੋੜਾ ਕੁਝ ਕਰ ਸਕਦੇ ਹਾਂ? ਦੇਖੋ ਇਹ ਤੁਸੀਂ ਸਵਾਲ ਮਜੀਠੀਆ ਸਾਹਿਬ ਨੂੰ ਕਰੋ, ਜਿਨ੍ਹਾਂ ਕੋਲ ਜਾਣਕਾਰੀ ਜਿੱਥੋਂ ਆਈ ਆ ਉਹ ਦੱਸਣ ਤੁਹਾਨੂੰ ਵੀ ਮੇਰੇ ਕੋਲ ਕਿੱਥੋਂ ਜਾਣਕਾਰੀ ਆਈ। ਅੰਤਰ ਆ, ਭਾਵੇਂ ਕੋਈ ਪਲੇਅਰ ਆ ਜਾਂ ਕੋਈ ਰਿਟਾਇਰਡ ਪੁਲਿਸ ਅਫਸਰ ਆ ਜਾਂ ਕੋਈ ਵੀ ਅਫਸਰ ਆ, ਜੇ ਰਿਟਾਇਰ ਹੋ ਕੇ ਉਹ ਚੋਣ ਲੜਨਾ ਚਾਹੁੰਦਾ ਤਾਂ ਉਹ ਲੜ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਵੀ ਵੇਖੋ ਇਸੇ ਦੇਸ਼ ਦੇ ਨਾਗਰਿਕ ਨੇ, ਜੇ ਉਹਨਾਂ ਨੂੰ ਚੋਣ ਕਮਿਸ਼ਨ ਇੰਡੀਆ ਇਜਾਜ਼ਤ ਦਿੰਦਾ ਤੇ ਉਹ ਚੋਣ ਲੜ ਸਕਦੇ ਆ। ਆਪਾਂ ਕਿ ਇਹਦੇ ਬਾਰੇ ਥੋੜਾ ਕੁਝ ਕਰ ਸਕਦੇ ਹਾਂ? ਦੇਖੋ ਇਹ ਤੁਸੀਂ ਸਵਾਲ ਮਜੀਠੀਆ ਸਾਹਿਬ ਨੂੰ ਕਰੋ, ਜਿਨ੍ਹਾਂ ਕੋਲ ਜਾਣਕਾਰੀ ਜਿੱਥੋਂ ਆਈ ਆ ਉਹ ਦੱਸਣ ਤੁਹਾਨੂੰ ਵੀ ਮੇਰੇ ਕੋਲ ਕਿੱਥੋਂ ਜਾਣਕਾਰੀ ਆਈ। ਅੰਤਰ ਆ, ਭਾਵੇਂ ਕੋਈ ਪਲੇਅਰ ਆ ਜਾਂ ਕੋਈ ਰਿਟਾਇਰਡ ਪੁਲਿਸ ਅਫਸਰ ਆ ਜਾਂ ਕੋਈ ਵੀ ਅਫਸਰ ਆ, ਜੇ ਰਿਟਾਇਰ ਹੋ ਕੇ ਉਹ ਚੋਣ ਲੜਨਾ ਚਾਹੁੰਦਾ ਤਾਂ ਉਹ ਲੜ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਵੀ ਵੇਖੋ ਇਸੇ ਦੇਸ਼ ਦੇ ਨਾਗਰਿਕ ਨੇ, ਜੇ ਉਹਨਾਂ ਨੂੰ ਚੋਣ ਕਮਿਸ਼ਨ ਇੰਡੀਆ ਇਜਾਜ਼ਤ ਦਿੰਦਾ ਤੇ ਉਹ ਚੋਣ ਲੜ ਸਕਦੇ ਆ। ਆਪਾਂ ਕਿ ਇਹਦੇ ਬਾਰੇ ਥੋੜਾ ਕੁਝ ਕਰ ਸਕਦੇ ਹਾਂ? ਦੇਖੋ ਇਹ ਤੁਸੀਂ ਸਵਾਲ ਮਜੀਠੀਆ ਸਾਹਿਬ ਨੂੰ ਕਰੋ, ਜਿਨ੍ਹਾਂ ਕੋਲ ਜਾਣਕਾਰੀ ਜਿੱਥੋਂ ਆਈ ਆ ਉਹ ਦੱਸਣ ਤੁਹਾਨੂੰ ਵੀ ਮੇਰੇ ਕੋਲ ਕਿੱਥੋਂ ਜਾਣਕਾਰੀ ਆਈ। ਅੰਤਰ ਆ, ਭਾਵੇਂ ਕੋਈ ਪਲੇਅਰ ਆ ਜਾਂ ਕੋਈ ਰਿਟਾਇਰਡ ਪੁਲਿਸ ਅਫਸਰ ਆ ਜਾਂ ਕੋਈ ਵੀ ਅਫਸਰ ਆ, ਜੇ ਰਿਟਾਇਰ ਹੋ ਕੇ ਉਹ ਚੋਣ ਲੜਨਾ ਚਾਹੁੰਦਾ ਤਾਂ ਉਹ ਲੜ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਵੀ ਵੇਖੋ ਇਸੇ ਦੇਸ਼ ਦੇ ਨਾਗਰਿਕ ਨੇ, ਜੇ ਉਹਨਾਂ ਨੂੰ ਚੋਣ ਕਮਿਸ਼ਨ ਇੰਡੀਆ ਇਜਾਜ਼ਤ ਦਿੰਦਾ ਤੇ ਉਹ ਚੋਣ ਲੜ ਸਕਦੇ ਆ। ਆਪਾਂ ਕਿ ਇਹਦੇ ਬਾਰੇ ਥੋੜਾ ਕੁਝ ਕਰ ਸਕਦੇ ਹਾਂ? ਦੇਖੋ ਇਹ ਤੁਸੀਂ ਸਵਾਲ ਮਜੀਠੀਆ ਸਾਹਿਬ ਨੂੰ ਕਰੋ, ਜਿਨ੍ਹਾਂ ਕੋਲ ਜਾਣਕਾਰੀ ਜਿੱਥੋਂ ਆਈ ਆ ਉਹ ਦੱਸਣ ਤੁਹਾਨੂੰ ਵੀ ਮੇਰੇ ਕੋਲ ਕਿੱਥੋਂ ਜਾਣਕਾਰੀ ਆਈ। ਅੰਤਰ ਆ, ਭਾਵੇਂ ਕੋਈ ਪਲੇਅਰ ਆ ਜਾਂ ਕੋਈ ਰਿਟਾਇਰਡ ਪੁਲਿਸ ਅਫਸਰ ਆ ਜਾਂ ਕੋਈ ਵੀ ਅਫਸਰ ਆ, ਜੇ ਰਿਟਾਇਰ ਹੋ ਕੇ ਉਹ ਚੋਣ ਲੜਨਾ ਚਾਹੁੰਦਾ ਤਾਂ ਉਹ ਲੜ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਵੀ ਵੇਖੋ ਇਸੇ ਦੇਸ਼ ਦੇ ਨਾਗਰਿਕ ਨੇ, ਜੇ ਉਹਨਾਂ ਨੂੰ ਚੋਣ ਕਮਿਸ਼ਨ ਇੰਡੀਆ ਇਜਾਜ਼ਤ ਦਿੰਦਾ ਉਹ ਚੋਣ ਲੜ ਸਕਦੇ ਆ। ਆਪਾਂ ਕਿ ਇਹਦੇ ਬਾਰੇ ਥੋੜਾ ਕੁਝ ਕਰ ਸਕਦੇ ਹਾਂ? ਦੇਖੋ ਇਹ ਤੁਸੀਂ ਸਵਾਲ ਮਜੀਠੀਆ ਸਾਹਿਬ ਨੂੰ ਕਰੋ, ਜਿਨ੍ਹਾਂ ਕੋਲ ਜਾਣਕਾਰੀ ਜਿੱਥੋਂ ਆਈ ਆ ਉਹ ਦੱਸਣ ਤੁਹਾਨੂੰ ਵੀ ਮੇਰੇ ਕੋਲ ਕਿੱਥੋਂ ਜਾਣਕਾਰੀ ਆਈ। ਅੰਤਰ ਆ, ਭਾਵੇਂ ਕੋਈ ਪਲੇਅਰ ਆ ਜਾਂ ਕੋਈ ਰਿਟਾਇਰਡ ਪੁਲਿਸ ਅਫਸਰ ਆ ਜਾਂ ਕੋਈ ਵੀ ਅਫਸਰ ਆ, ਜੇ ਰਿਟਾਇਰ ਹੋ ਕੇ ਉਹ ਚੋਣ ਲੜਨਾ ਚਾਹੁੰਦਾ ਤਾਂ ਉਹ ਲੜ ਸਕਦਾ। ਭਾਈ ਅੰਮ੍ਰਿਤਪਾਲ ਸਿੰਘ ਵੀ ਵੇਖੋ ਇਸੇ ਦੇਸ਼ ਦੇ ਨਾਗਰਿਕ ਨੇ, ਜੇ ਉਹਨਾਂ ਨੂੰ ਚੋਣ ਕਮਿਸ਼ਨ ਇੰਡੀਆ ਇਜਾਜ਼ਤ ਦਿੰਦਾ ਤੇ ਉਹ ਚੋਣ ਲੜ ਸਕਦੇ ਆ। ਆਪਾਂ ਕਿ ਇਹਦੇ ਬਾਰੇ ਥੋੜਾ ਕੁਝ ਕਰ ਸਕਦੇ ਹਾਂ? ਦੇਖੋ ਇਹ ਤੁਸੀਂ ਸਵਾਲ ਮਜੀਠੀਆ ਸਾਹਿਬ ਨੂੰ ਕਰੋ, ਜਿਨ੍ਹਾਂ ਕੋਲ ਜਾਣਕਾਰੀ ਜਿੱਥੋਂ ਆਈ ਆ ਉਹ ਦੱਸਣ ਤੁਹਾਨੂੰ ਵੀ ਮੇਰੇ ਕੋਲ ਕਿੱਥੋਂ ਜਾਣਕਾਰੀ ਆਈ।